کار ਜਿਹੜਾ ਕੰਮ ਕੌਣ ਕਰਦਾ ਹੈ ਜੀ ਇਹ ਨਵੀਂ ਨਵੀਂ ਸ਼ਾਦੀ ਹੋਈ ਹੈ ਇਹਨਾਂ ਨੂੰ ਨਹੀਂ ਪਤਾ ਪਾਕਿਸਤਾਨੀ ਖਾਣਿਆਂ ਦਾ ਉਹ ਫਿਰ ਮੈਂ ਇਹਨਾਂ ਦੀ ਮਦਦ ਕਰਨਾ ਕੰਮ ਤੋਂ ਆ ਕੇ ਜਿਹੜੀ ਚੀਜ਼ ਬਣਾਨੀ ਆਂਦੀ ਨੇ ਉਹ ਆਪ ਵੀ ਕੱਲਿਆਂ ਵੀ ਬਣਾ ਸਕਦੇ ਨੇ ਉਂਝ ਜ਼ਿਆਦਾਤਰ ਮੇਰੀ ਮਦਦ ਦੀ ਜ਼ਰੂਰਤ ਹੁੰਦੀ ਨੇ ਇਹ ਫਿਲਹਾਲ ਥੋੜਾ ਜਿਹਾ ਸਾਨੂੰ ਜਰਾ ਦੱਸੋ ਇਸ ਬਾਬਬ ਕਿਵੇਂ ਲੱਗਾ ਜੀ ਮੈਂ ਟਿਕਟੋਕ ਤੇ ਇਹਨਾਂ ਦੀਆਂ ਵੀਡੀਓ ਵੇਖਦਾ ਹਾਂ ਉੱਥੋਂ ਮੈਂ ਇੱਕ ਦਿਨ ਇਹਨਾਂ ਨੂੰ ਹਾਇ ਦਾ ਮੈਸੇਜ ਸੈਂਡ ਕੀਤਾ ਹੈ ਅੱਛਾ ਇਹਨਾਂ ਦਾ ਰਿਪਲਾਈ ਆਇਆ ਹੈ ਤਕਰੀਬਨ 2 ਦਿਨਾਂ ਬਾਅਦ ਵੋ ਹੈਲੋ ਦਾ ਉਸ ਤੋਂ ਬਾਅਦ ਫਿਰ ਸਾਡੀ ਗੱਲਬਾਤ ਸ਼ੁਰੂ ਹੋਈ ਹੋਣੀ ਇੱਕ ਦਿਨ ਮੈਂ ਤੁਹਾਨੂੰ ਫੇਵਰੇਟ ਤੁਹਾਡਾ 뮤ਜ਼ਿਕ ਹਾਂਜੀ ਸਿੱਧੂ ਮੁਸੇਵਾਲਾ ਹਾਂਜੀ ਸਿੱਧੂ ਮੁਸੇਵਾਲਾ ਤੇ ਕੀ ਕਰ ਸਿੱਧੂ ਮੁਸੇਵਾਲਾ ਤੁਹਾਨੂੰ ਲਾਇਆ ਹੁੰਦਾ ਇੰਜ ਹੀ ਗੱਲ ਇਹ ਸੁਣਦੀ ਰਹਿੰਦੀ ਹੈ ਆਪਣੇ ਮੋਬਾਈਲ ਤੇ ਲਾ ਕੇ ਅਕਸਰ ਮਾਂ ਬਾਪ ਨੂੰ ਕਹਿ ਦਿੱਤਾ ਕਿ ਜੀ ਮੈਂ ਪਾਕਿਸਤਾਨੀ ਸ਼ਾਦੀ ਨਹੀਂ ਕਰਨੀ ਜੀ ਜੀ ਬਿਲਕੁਲ ਉਹਨਾਂ ਨੂੰ ਕਹਿ ਦਿੱਤਾ ਹੁਣ ਕੋਈ ਜ਼ਰੂਰਤ ਨਹੀਂ ਰਿਸ਼ਤਾ ਲੱਭਣ ਦੀ ਆਪਣਾ ਸ਼ਾਦੀ ਮੈਂ ਕਰਾਂ ਬਿਲਕੁਲ ਕੋਈ ਜ਼ਰੂਰਤ ਨਹੀਂ ਰਿਸ਼ਤਾ ਲੱਭਣ ਦੀ ਔਰ ਸਾਰਾ ਪਾਕਿਸਤਾਨ ਜਿਹੜਾ ਇਹਨੂੰ ਵੇਖਣ ਰਿਹਾ ਕੱਲ ਅਗਰ ਇਸ ਮੁੰਡੇ ਦਾ ਰਿਸ਼ਤਾ ਹੁੰਦਾ ਤੇ ਠੋਕ ਜਵਾਬ ਦਿਓ ਕਿਉਂਕਿ ਇਹਨੇ ਇੱਥੇ ਸ਼ਾਦੀ ਕੀਤੀ ਹੈ ਜਿਹੜੀ عمر 22 ਸਾਲ ਹੈ ਉਹਨਾਂ ਦੀ 1 ਜੋ ਜਿਹੜੇ ਨੇ ਸ਼ਾਦੀ ਨੂੰ ਤਰਜੀਹ ਨਹੀਂ ਦਿੰਦੇ ਕਿਵੇਂ ਤੁਸੀਂ ਕਾਇਲ ਕੀਤਾ ਇਹਨਾਂ ਦੇ ਵਾਲਦ ਸਾਹਿਬ ਨੂੰ ਬਈ ਅੱਜ ਤੁਸੀਂ ਇਹ ਫੈਸਲਾ ਕਰ ਲਿਆ 8 ਦਿਨ ਪਹਿਲਾਂ ਕਿ ਠੀਕ ਹੈ ਜੀ ਅਸੀਂ ਸ਼ਾਦੀ ਕਰਨੀ ਹੈ ਜੀ ਵੇਖੋ ਨਾ ਤੁਸੀਂ ਜੇ ਅਗਰ ਜੇ ਤੁਹਾਨੂੰ ਕੋਈ ਅੱਛਾ ਇਨਸਾਨ ਮਿਲ ਜਾਵੇ ਤੁਹਾਡੀ ਜ਼ਿੰਦਗੀ 'ਚ ਫਿਰ ਵੀ ਕੱਲ ਨੂੰ ਵੀ ਤੇ ਸ਼ਾਦੀ 10 ਸਾਲਾਂ ਨੂੰ 20 ਸਾਲਾਂ ਨੂੰ ਵੀ ਸ਼ਾਦੀ ਕਰਨੀ ਇਹ ਕਿਉਂ ਨਾ ਤੁਸੀਂ ਪਹਿਲੇ ਹੀ ਸ਼ਾਦੀ ਕਰ ਲਓ ਆਪਣਾ ਰੋਜ਼-ਰੋਜ਼ ਦੇ ਰੋਣੇ ਨਾਲ ਇੱਕ ਵਾਰੀ ਰੋੜੋ ਅਸਲਾਮੁਅਲੈਕੁਮ ਜੀ ਮੇਰਾ ਨਾਮ ਅਲੀ ਸ਼ੇਰ ਹੈ ਔਰ ਆਪ ਦੇਖ ਰਹੇ ਪੰਜਾਬ ਯੂਰੋ ਟੀਵੀ एक और ख़ूबसूरत वीडियो लेके आपकी खिदमत में हाज़िर हुए हैं ग्रीस में मौजूद हैं जिसे यूनान भी कहा जाता है और एक बहुत ही न्यू कपल है उससे आपको मिलवाते हैं ये हमारे शहजादे हैं पाकिस्तान से तो ये हमारी भाभी हैं थोड़े दिन ही हुए हैं इन्होंने शादी की है माशाल्लाह और हम कोशिश करते हैं इनसे जानने की कि ये कब से यहाँ पे रह रहे हैं और कैसे ਇਨੋ ਨੇ ਸੋਚਿਆ ਕਿ ਉਹ ਯਹਾਂ ਪੇ ਸ਼ਾਦੀ ਕਰੇ ਅਤੇ ਓਵਰਆਲ ਇਨਕਾ ਸਬਬ ਜੋ ਹੈ ਉਹ ਕੈਸੇ ਲਗਾ ਸੋ ਗੁਫਤਗੁਗਾ ਆਗਾਜ਼ ਕਰਤੇ ਆਂ ਅਸਲਾਮੁਅਲੈਕਮ ਜੀ ਵੈਲਕਮ ਅਸਲਾਮ ਭਾਈ ਉਰਦੂ ਚ ਗੱਲ ਕਰ ਲਈਏ ਜਾਂ ਪੰਜਾਬੀ ਚ ਪੰਜਾਬੀ ਚ ਮੇਲੇ ਪੰਜਾਬੀ ਚ ਗੱਲ ਕਰ ਲਈਏ ਓਕੇ ਅਸਲਾਮੁਅਲੈਕਮ ਵੈਲਕਮ ਅਸਲਾਮ ਵੈਲਕਮ ਅਸਲਾਮ ਸਭ ਤੋਂ ਪਹਿਲਾਂ ਤੇ ਬਹੁਤ ਸ਼ੁਕਰੀਆ ਤੁਸਾਂ ਟਾਈਮ ਦਿੱਤਾ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਕਾਸ਼ਫ ਹੈ ਕਾਸ਼ਫ ਹੈ ਮਾਸ਼ਾਅੱਲਾ ਤੁਹਾਡਾ ਨਾਮ ਕੀ ਹੈ ਸਿਆ ਹੁਸੈਨ ਅੱਛਾ ਤੁਹਾਡੀ ਉਮਰ ਕਿੰਨੀ ਹੈ 18 ਸਾਲ 18 سال ਤੁਹਾਡਾ ਇਲਾਕਾ ਕਿਹੜਾ ਪਾਕਿਸਤਾਨ ਜੀ ਮੈਂ ਗੁਜਰਾਂਲ ਸ਼ਹਿਰ ਤੋਂ ਬਿਲੋਂਗ ਕਰਨਾ ਗੁਜਰਾਂਲ ਸ਼ਹਿਰ ਮਹਲਾ ਨੂਰ ਬਾਬਾ ਜੀ ਠੀਕ ਹੈ ਜੀ ਸਹੀ ਹੈ ਔਰ ਜਦੋਂ ਪਹਿਲੀ ਦਫਾ ਆਪਣੇ ਘਰ ਕਿਹਾ ਹੈ ਜੇ ਕਿ ਮੈਂ ਤੇ ਇੱਥੇ ਦੁਲਨ ਲੱਭ ਲਈਏ ਸਹੀ ਹੈ ਕੀ ਮਾਂ ਪਿਓ ਦਾ ਰਿਐਕਸ਼ਨ ਸੀ ਇਹ ਵਾਲਦਾ ਨੂੰ ਹੀ ਮੈਂ ਕਿਹਾ ਸੀ ਮੈਂ ਹੈ ਮਾਂ ਮੇਰੀ ਨੂੰ ਤੇਰੀ ਲੱਭ ਲਈਏ ਤੇ ਮੈਨੂੰ ਕਹਿੰਦੇ ਨੇ ਸਹੀ ਹੈ ਜੇ ਤੇਰੇ ਦਿਲ ਨੂੰ ਗੱਲ ਪਸੰਦ ਲੱਗਦੀ ਹੈ ਫਿਰ ਆਪਣਾ ਚਲੋ ਕਰ ਲਓ ਯਾਰ ਇਹ ਤਾਂ ਬੜੀ ਗੱਲ ਹੈ ਵੈਸੇ ਬਹੁਤ ਘੱਟ ਵਾਲਦੇ ਨੇ ਸਾਡੇ ਮਾਸਰੇ ਚ ਉਹ ਕਹਿੰਦੇ ਨੇ ਕਿ ਯਾਰ ਪੁੱਤਰ ਤੇ ਹਮੇਸ਼ਾ ਲਈ ਦੂਰ ਚਲਾ ਜਾਏ ਦਾ ਉਹਨਾਂ ਪਹਿਲੀ ਦਫਾ ਹੀ ਕਿਹਾ ਚਲੋ ਠੀਕ ਹੈ ਨਹੀਂ ਉਹਨਾਂ ਨੂੰ ਮੈਂ ਇੱਕ ਇੱਕ ਦੋ ਦਿਨ ਪਹਿਲੇ ਦੱਸਿਆ ਜੀ ਜੀ ਫਿਰ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਹੈ ਇੰਜ ਇੰਜ ਗੱਲ ਹੈ ਚਲੋ ਕੱਲ ਨੂੰ ਪਾਕਿਸਤਾਨ ਵੀ ਆ ਕੇ ਵਿਆਹ ਹੀ ਕਰਨਾ ਇੱਥੇ ਵੀ ਵਿਆਹ ਹੀ ਕਰਨਾ ਉਹਨਾਂ ਨੇ ਕਿਹਾ ਸਹੀ ਹੈ ਪੁੱਤਰਾ ਜਿਕਨ ਤੇਰਾ ਮਰਜ਼ੀ ਹੈ ਉਹਨੇ ਕਰ ਲਓ ਅੱਛਾ ਹੁਣ ਤੁਹਾਨੂੰ ਪਤਾ ਹੈ ਤੁਹਾਡਾ ਪਾਕਿਸਤਾਨ ਕਿਹੜਾ ਪਿੰਡ ਹੈ ਪਾਕਿਸਤਾਨ ਕੋਟਲਾ ਅਰਬਲੀ ਖਾਨ ਜ਼ਿਲ੍ਹਾ ਗੁਜਰਾਤ ਪੰਜਾਬ ਮਾਸ਼ਾਅੱਲਾ ਮਾਸ਼ਾਅੱਲਾ ਕੋਟਲਾ ਅਰਬਲੀ ਖਾਨ ਜ਼ਿਲ੍ਹਾ ਗੁਜਰਾਤ ਪੰਜਾਬ ਉਹਨਾਂ ਨੂੰ ਮਾਸ਼ਾਅੱਲਾ ਪਤਾ ਹੈ ਅੱਛਾ ਕਾਸ਼ਫ ਇੱਥੇ ਆਇਆ ਯੂਨਾਨ ਕਿੰਨੀ ਦੇਰ ਹੋ ਗਈ ਤੁਹਾਣਾ ਜੀ ਮੈਨੂੰ 6 ਸਾਲ ਹੋ ਗਏ ਨੇ 6 ਸਾਲ ਹੋ ਗਏ ਜੀ 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 ਠੀਕ ਔਰ 6 ਸਾਲਾਂ ਤੋਂ ਕੀ ਕਰਨ ਦੇ ਹੋ ਜੀ ਮੈਂ ਕਦੋਮੀ ਦਾ ਕੰਮ ਕਰਨਾ ਕਦੋਮੀ ਦਾ ਕੰਮ ਕਰਦੇ ਹੋ ਯਾਨੀ ਬਿਲਡਿੰਗ ਲਾਈਨ ਦੇ ਵਿੱਚ ਸਹੀ ਹੈ ਮਾਸ਼ਾਅੱਲਾ ਔਰ ਪੇਪਰ ਵਗੈਰਾ ਬਣ ਗਏ ਨੇ ਜੀ ਅਲਹਮਦੁਲਿਲਾ ਪੇਪਰ ਬਣ ਗਏ ਕੀ ਬਾਤ ਹੈ ਜੀ ਜੀ ਪਹਿਲਾ ਕੰਮ ਮੈਂ ਹੀ ਕੀਤਾ ਸਹੀ ਪੇਪਰ ਬਣਵਾਏ ਨੇ ਕਾਸ਼ਫ ਮਾਸ਼ਾਅੱਲਾ ਇਸ ਸਬਾਬ ਕਿਵੇਂ ਲੱਗਾ ਜਰਾ ਨਾਜ਼ਰੀਨ ਨੂੰ ਦੱਸੋ ਸਵਾਬੇ ਜੀ ਲੱਗਾ ਇਹਨਾਂ ਟਿਕਟੋਕ ਵੇਖੀ ਦੀ ਸੀ ਉਹਨਾਂ ਨੇ ਲਾਈਕ ਸ਼ੇਅਰ ਕਰੀਦਾ ਸੀ ਇੱਕ ਦਿਹਾੜੇ ਜੀ ਇਹਨਾਂ ਨੂੰ ਮੈਂ ਮੈਸੇਜ ਕੀਤਾ ਮੈਂ ਇਹਨਾਂ ਨੂੰ ਜੀ ਜੀ ਇਹਤਰਾਮ ਵੇਖੋ ਜੇ 8 ਦਿਨ ਹੋਏ ਨੇ ਨਾ ਅੱਛਾ ਚਲੋ ਕੰਟੀਨਿਊ ਰੱਖੋ ਜੀ ਜੀ ਇਹ ਮੈਸੇਜ ਕੀਤਾ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਮੈਨੂੰ ਤੁਸੀਂ ਅੱਛੇ ਲੱਗਦੇ ਹੋ ਇਹਨਾਂ ਦਾ ਜਵਾਬ ਆਇਆ ਗੂ ਫਿਰ ਜਵਾਬ ਤੋਂ ਗੱਲਬਾਤ ਹੋਈ ਸਾਡੀ ਗੱਲਬਾਤ ਤੁਸੀਂ ਇੱਕ ਦਿਹਾੜੇ ਪ੍ਰੋਗਰਾਮ ਬਣਾਇਆ ਕਿਧਰੇ ਨਿਕਲੀਏ ਅਸੀਂ ਨਿਕਲੇ ਫਿਰ ਉੱਥੇ ਗੱਲਬਾਤ ਅਸੀਂ ਕੀਤੀ ਇੱਕ ਦੂਜੇ ਨਾਲ ਇੰਜੀ ਅੰਡਰਸਟੈਂਡਿੰਗ ਹੋਂਦੀ ਗਈ ਦਿਨ ਬਦੇ ਅਸੀਂ ਇੰਜੀ ਫਿਰ ਗੱਲਾਂ ਬਾਤਾਂ ਹੋਈਆਂ ਫਿਰ ਇਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਇਹਨਾਂ ਨੂੰ ਮੈਂ ਕਿਹਾ ਮੈਂ ਆਪਣੇ ਘਰਦਿਆਂ ਨੂੰ ਤੁਸੀਂ ਗੱਲ ਕਰੋ ਭਾਈ ਜੇ ਸ਼ਾਦੀ ਵੱਲ ਤੁਹਾਡਾ ਜ਼ੇਨ ਸਹੀ ਹੈ ਤੇ ਇਹਨਾਂ ਦੇ ਘਰਦਿਆਂ ਨੇ ਫਿਰ ਅਗੂ ਮੈਂ ਇਹਨੂੰ ਪੁੱਛਿਆ ਮੁੰਡਾ ਕੰਮ ਕੀ ਕਰਦਾ ਸਾਰੀਆਂ ਗੱਲਾਂ ਜਿਕਨ ਤੁਸੀਂ ਜਾਣੇ ਪਹਿਲੇ ਤਕਰੀਬਨ 6 ਕੁ ਮਹੀਨੇ ਪਹਿਲੇ ਸਾਡੀ ਗੱਲਬਾਤ ਹੋਈ ਉਸ ਤੋਂ ਬਾਅਦ 4 ਮਹੀਨੇ ਸਾਡੀ ਚਲੋ ਮੰਗਣੀ ਵੀ ਰਹੀ ਫਿਰ ਮੈਂ ਆਪਣੇ ਜਦੋਂ ਮੰਗਣੀ ਤੋਂ ਪਹਿਲੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਇਹਨਾਂ ਦੇ ਘਰਦਿਆਂ ਨਾਲ ਗੱਲ ਕਰਨ ਬਿਲਕੁਲ ਜਿਕਨ ਅਸੀਂ ਆਪਣਾ ਪਾਕਿਸਤਾਨ ਦੇ ਵਿੱਚ ਕਰਨਿਆ ਸ਼ਾਦੀ ਦਾ ਮਸਲਨ ਜਾਣਦੇ ਹਾਂ ਹਾਂਜੀ ਬਿਲਕੁਲ ਇਹ ਹੀ ਸਿਸਟਮ ਬਿਲਕੁਲ ਇੱਥੇ ਵੀ ਕੀਤਾ ਫਿਰ ਇਹਨਾਂ ਨਾਲ ਮੈਂ ਗੱਲ ਕੀਤੀ ਮੈਂ ਸਾਡੇ ਮਜ਼ਹਬ ਦੇ ਵਿੱਚ ਇਹ ਚੀਜ਼ ਨਹੀਂ ਜਾਇਜ਼ ਮਸਲਨ ਸ਼ਾਦੀ ਤੋਂ ਬਗੈਰ ਇਕੱਠੇ ਰਹੇ ਲੱਸੀ ਜੀ ਫਿਰ ਇਹਨਾਂ ਨੇ ਮੈਂ ਗੱਲ ਕੀਤੀ ਚਲੋ ਇਹ ਇਹਨਾਂ ਦੇ ਵਾਲਦ ਸਾਹਿਬ ਪਾਕਿਸਤਾਨ ਦੇ ਨੇ ਇਹਨਾਂ ਨੂੰ ਜਲਦੀ ਸਮਝ ਆ ਗਈ ਗੱਲ ਜੀ ਜੀ ਆਹ ਰੱਟੀ ਇਹਨਾਂ ਨੂੰ ਪਤਾ ਸੀ ਜੀ ਬਿਲਕੁਲ ਫਿਰ ਇਹਨਾਂ ਨੂੰ ਮੈਂ ਆਖਿਆ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦਾ ਇਹਨਾਂ ਨੇ ਕਿਹਾ ਠੀਕ ਹੈ ਮੈਂ ਫਿਰ ਸ਼ਾਦੀ ਅਸੀਂ ਕਰ ਲਈ ਕਾਸ਼ ਵਿੱਚ ਤੁਸੀਂ ਕੀ ਵੇਖਿਆ ਇਹਦਾ ਦਿਮਾਗ ਬਾਹਰ ਸੁਣ ਹੈ ਇਹ ਕਿਉਂ ਕਿਹਨ ਦਾ ਮਕਸਦ ਦਿਲ ਤੂੰ ਉਹਨੇ ਕਿਹਾ ਜੀ ਇਹਦਾ ਦਿਮਾਗ ਬੜਾ ਸੋਨਾ ਯਾਨੀ ਕਿ ਇਹਨਾਂ ਦਾ ਦਿਲ ਬੜਾ ਸੋਨਾ ਕੀ ਬਾਤ ਹੈ ਤੁਸੀਂ ਉਹਨਾਂ ਨੂੰ ਉਲਟੀ ਲਫ਼ਜ਼ ਕਹਿਆ ਇਹਨੂੰ ਸਾਰੇ ਉਹ ਗਲਤੀ ਹੋ ਗਈ ਕਿਊਟ ਮਾਸ਼ਾਅੱਲਾ ਅੱਛਾ ਸਿਆ ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨੀ ਖਾਣਿਆਂ ਦੇ ਵਿੱਚ ਕਿਹੜੇ ਖਾਣੇ ਤੁਹਾਨੂੰ ਪਸੰਦ ਨੇ ਬਿਰਿਆਨੀ ਗੋਲ ਗਾਪੇ ਕਬਾਬ ਕਿਹ ਹੋਰ ਜੋ ਵੀ ਲੱਭਦਾ ਹੈ ਕਿਹ ਹੋਰ ਜੋ ਵੀ ਲੱਭ ਜਾ ਕੀ ਬਾਤ ਹੈ ਜੀ ਕੀ ਬਾਤ ਹੈ ਕੋਈ 뮤직 ਜਿਹੜਾ ਤੁਹਾਨੂੰ ਪਸੰਦ ਹੋਵੇ ਕਦੀ ਕੋਈ 뮤직 ਸੁਣਿਆ ਪੰਜਾਬੀ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਪਾਜੀ ਕਿਹੜੇ ਪਾਸੇ ਲਾ ਦਿੱਤਾ ਜੇ ਕਿ ਤੁਹਾਡੇ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਟਿਕਟੌਕ ਬਣਦੀ ਸੀ ਭਾਈ ਮੇਰੇ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਟਿਕਟੌਕ ਬਣਾਉਂਦੀ ਸੀ ਉਥੋਂ ਵੇਖ ਕੇ ਮੈਨੂੰ ਵੀ ਸ਼ੌਕ ਚੜਿਆ ਚਲੋ ਇਹ ਮੈਸੇਜ ਕਰਨਾ ਸੇ ਜੋ ਜਿਹੜੇ ਨਾਜ਼ਰੀਨ ਤੁਹਾਨੂੰ ਵੇਖਣ ਦੇ ਨੇ ਜੀ ਜੀ ਉਹਨਾਂ ਨੂੰ ਆਪਣੀ ਟਿਕਟੋਕਰ ਦੱਸਣਾ ਚਾਹੋ ਤੇ ਚਲੋ ਵੀ ਤੁਹਾਨੂੰ ਫੋਲੋ ਕਰ ਲੈਣਗੇ ਇੱਥੇ ਤੇ ਤੁਸੀਂ ਝਖਣ ਦੇ ਹੋ ਉੱਥੇ ਇਹਨਾਂ ਦੀ ਐਕਟਿੰਗ ਵੇਖਣ ਵਾਲੀ ਹੈ ਜੀ ਮਾਸ਼ਾਅੱਲਾ ਉਹ ਪਰਜਾਈ ਜਿਹੜੀ ਸਾਡੀ ਹੈ ਉਹ ਵੀ ਇੰਜ ਬੋਲਦੀ ਹੈ ਜਿਵੇਂ ਉਹ ਸਿੱਧ ਮੁਸੀ ਵਾਲੇ ਦੇ ਨਾਲ ਹੀ ਕੰਮ ਕਰਦੀ ਹੈ ਤੇ ਇਹ ਵੀ ਕਾਸ਼ਮ ਵੀ ਹੁਣ ਚੱਕਦਾ ਪਿਆ ਆਪਣੀ ਟਿਕਟੋਕ ਆਈਡੀ ਦੱਸ ਦਿਓ ਲਦੀਆ हुसैन ਦੇ ਨਾਮ ਤੋਂ ਆਈਡੀ ਇਹਨਾਂ ਦੀ ਤੇ ਮੇਰੀ ਕਾਸ਼ਫ ਅਰਸ਼ਦ ਦੇ ਨਾਮ ਤੋਂ ਕਾਸ਼ਫ ਅਰਸ਼ਦ ਦੇ ਨਾਮ ਤੋਂ ਜੀ ਜੀ ਬਿਲਕੁਲ ਸਹੀ ਹੈ ਦੇਖੇ ਨਾਜ਼ਰੀਨ ਇਹ ਕਪਲ ਹੈ ਮਾਸ਼ਾਅੱਲਾ ਇਹਨਾਂ ਸੇ ਮਿਲਵਾਉਣੇ ਦਾ ਮਕਸਦ ਇਹ ਥਾ मैं कोशिश कर रहा हूं कि जो एक परसेप्शन पाया जाता है यूरोप में हमारे कल्चर को लेके कि वहाँ औरत का एहतराम नहीं है औरत की इज़्ज़त नहीं की जाती तो जो जो लोग भी जिन जिन लोगों की भी शादी हुई है मैंने आपको दिखाया है वो बहुत खुश हैं उनको हमारा कल्चर बहुत अच्छा लगा है और लास्ट इंटरव्यू जो आपने वो देखा था वो जो ख़तून रोमानिया से थी और उसने शादी की हुई थी उन्होंने तीन दफ़ा विज़िट किया था और उनके जज्बात देखने के लायक थे तो मेरी हमेशा कोशिश होती मैं ऐसे लोगों को ढूँढूँ और उन्हें कहूँ कि वो अपने एक्सपीरियंस आप लोगों के साथ बताएं कि जो जिन्होंने हमारा कल्चर अपनाया देखा उसमें वो एमर्ज हुए हैं और उन्हें रियलिटी का पता है सो so, इस वीडियो को बनाने का यही मकसद था और मैं एंड पे रिक्वेस्ट करूँगा काशिफ भाई से भी यार देखें इन्होंने आप इतम किया है एक ही बात मैं आपसे कहूँगा जो बड़ी मेरे नज़दीक बड़ी सेंसिटिव है आपने इनको धोखा नहीं देना आपने मुझे भी देना है आपने पाकिस्तान को भी देना है और आपने अपने मजहब को भी देना है नियत में फतूर नहीं होना चाहिए बाकी रिश्ता कितनी देर चलता है कितनी देर नहीं चलता वो अल्लाह ताला को पता है लेकिन आपकी ये नियत होनी चाहिए कि मैंने धोखा नहीं करना बाकी अल्लाह ताला आपको खुश रखे आपको मुबारक है हमारी तरफ से और हमेशा खुश रहें इसी के साथ हमें इजाज़त दें मिलते नेक्स्ट इन्फॉर्मेटिव वीडियो में पाकिस्तान पाइंदाबा